ਕੇ ਸ਼ਮਾ ਪਿਆਰ ਵਾਲੀ ਕਰੀਏ ਅੱਜ ਦੀ ਸ਼ਾਮ ਦਾ ਆਗਾਜ਼ ਆਪਾਂ, ਜਿਨ੍ਹਾਂ ਲਫਜ਼ਾਂ ਦੀ ਰੂਹ ਫਕੀਰੀ ਬਣੀਏ ਉਹਨਾਂ ਲਫਜ਼ਾਂ ਦੀ ਪਰਵਾਜ਼ ਆਪਾਂ। ਜੀ ਹਾਂ, ਕਿਸੇ ਨੇ ਸੱਚ ਹੀ ਲਿਖਿਆ ਹੈ ਕਿ ਨਾ ਜਾਣ ਨੀ ਮਾਣੇ ਲਫਜ਼ਾਂ ਨੂੰ, ਲਫਜ਼ਾਂ ਅੱਗੇ ਤਾਂ ਸ਼ਾਹ ਸਿਕੰਦਰ ਹਰ ਗਏ, ਜੋ ਨਾ ਕਰ ਸਕੀਆਂ ਤਲਵਾਰਾਂ ਉਹ ਕਲਮਾਂ ਦੇ ਅੱਖਰ ਕਰ ਗਏ। ਇਹਨਾਂ ਖੂਬਸੂਰਤ ਬੋਲਾਂ ਦੇ ਨਾਲ ਪ੍ਰੋਗਰਾਮ ਜਸ਼ਨ ਦੀ ਰਾਤ ਦੇ ਵਿੱਚ ਸਾਰੇ ਦਰਸ਼ਕ ਦੋ ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿੱਚ ਬੈਠੇ ਨੇ ਅਤੇ ਟੀਵੀ ਰਾਹੀਂ ਜਸ਼ਨ ਦੀ ਰਾਤ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਰਮਨ ਦੀ ਪ੍ਰਿੰਪੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਪ੍ਰੋਗਰਾਮ ਜਸ਼ਨ ਦੀ ਰਾਤ ਦੇ ਵਿੱਚ ਅੱਜ ਤੁਹਾਨੂੰ ਵੱਖਰੇ ਵੱਖਰੇ ਗੀਤਾਂ ਦੇ ਉੱਤੇ ਨਚਾਵਾਂਗੇ, ਤੁਹਾਨੂੰ ਹਸਾਵਾਂਗੇ ਵੀ। ਜਸ਼ਨ ਦੀ ਰਾਤ ਡੀਡੀ ਪੰਜਾਬੀ ਦੀ 13ਵੀਂ ਵਰੇਗੰਢ ਮਨਾਉਣ ਦੇ ਲਈ ਜਸ਼ਨ ਦੀ ਰਾਤ ਪ੍ਰੋਗਰਾਮ ਜਿਹੜਾ ਰੱਖਿਆ ਗਿਆ, ਕਿਉਂਕਿ 5 ਅਗਸਤ 2000 ਨੂੰ ਡੀਡੀ ਪੰਜਾਬੀ ਦਾ ਆਗਾਜ਼ ਹੋਇਆ। ਅਸੀਂ ਸੋਚਦੇ ਸੀ ਕਿ ਇਸ ਪ੍ਰੋਗਰਾਮ ਨੂੰ ਬਾਹਰ ਖੁੱਲ੍ਹੇ ਵਿਹੜੇ ਦੇ ਵਿੱਚ ਕਰਾਂਗੇ, ਪਰ ਮੌਸਮ ਬਾਰਿਸ਼ ਕਰਕੇ ਸੋ ਦਿਨ ਵੀ ਨਿਕਲਦੇ ਗਏ। ਸੋ ਜਿੱਦਾਂ ਡਾਇਰੈਕਟਰ ਸਾਹਿਬ ਨੇ ਦੱਸਿਆ ਕਿ ਇਸ ਕਰਕੇ ਅਸੀਂ ਪ੍ਰੋਗਰਾਮ ਜਸ਼ਨ ਦੀ ਰਾਤ ਜਿਹੜਾ ਆ ਅੱਜ 31 ਅਗਸਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਇਹ ਵਰੇਗੰਢ ਡੀਡੀ ਪੰਜਾਬੀ ਦੀ, ਡੀਡੀ ਪੰਜਾਬੀ ਜੋ ਕਿ ਨਿਰੋਲ ਪੰਜਾਬੀ ਚੈਨਲ ਹੈ, ਜੋ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ, ਜਿਸ ਨੇ ਹੁਣ ਤੱਕ ਆਪਣੀਆਂ ਪੰਜਾਬੀ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖਿਆ। ਜੀ ਹਾਂ, ਹੱਦਾਂ ਸਰਹੱਦਾਂ ਤੱਕ ਪਹੁੰਚਣ ਵਾਲਾ ਡੀਡੀ ਪੰਜਾਬੀ, ਹਰ ਇੱਕ ਦੇ ਦਿਲ ਨੂੰ ਛੂਹ ਜਾਣ ਵਾਲਾ ਡੀਡੀ ਪੰਜਾਬੀ, ਪੰਜਾਬੀਆਂ ਦੀ ਸ਼ਾਨ ਡੀਡੀ ਪੰਜਾਬੀ, ਪੰਜਾਬੀਆਂ ਦੀ ਆਣ ਡੀਡੀ ਪੰਜਾਬੀ, ਪੰਜਾਬੀ ਸੱਭਿਆਚਾਰ ਨੂੰ ਸਾਡੇ ਨਾਲ ਜੋੜਨ ਵਾਲਾ ਡੀਡੀ ਪੰਜਾਬੀ। ਸੋ ਇੱਕ ਵਾਰ ਦੋਸਤੋ, ਜ਼ੋਰਦਾਰ ਤਾੜੀਆਂ ਡੀਡੀ ਪੰਜਾਬੀ ਦੇ ਨਾਂ 'ਤੇ, ਕਿਉਂਕਿ ਡੀਡੀ ਪੰਜਾਬੀ ਉਹ ਜ਼ਰੀਆ ਜੋ ਸਾਨੂੰ ਤੁਹਾਡੇ ਤੱਕ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਕਰ ਦਿੰਦਾ, ਕਿਉਂਕਿ ਜੇ ਅੱਜ ਅਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਹਾਂ ਤਾਂ ਸਿਰਫ ਡੀਡੀ ਪੰਜਾਬੀ ਕਰਕੇ। ਕਹਿੰਦੇ ਨੇ ਕਿ ਜ਼ਿੰਦਗੀ ਦੀ ਗੱਲ ਮੇਰੀ ਇੱਥੇ ਆ ਕੇ ਮੁੱਕਣੀ ਹੈ, ਜ਼ਿੰਦਗੀ ਦੀ ਗੱਲ ਮੇਰੀ ਇੱਥੇ ਆ ਕੇ ਮੁੱਕਣੀ ਹੈ, ਡੀਡੀ ਪੰਜਾਬੀ ਤੋਂ ਹੀ ਸ਼ੁਰੂ ਹੋਣੀ ਅਤੇ ਡੀਡੀ ਪੰਜਾਬੀ 'ਤੇ ਹੀ ਮੁੱਕਣੀ ਹੈ। ਸੋ ਜ਼ੋਰਦਾਰ ਤਾੜੀਆਂ ਇੱਕ ਵਾਰ ਫਿਰ ਡੀਡੀ ਪੰਜਾਬੀ ਦੇ ਨਾਂ 'ਤੇ। ਸੋ ਦੋਸਤੋ, ਇੱਕ ਨਿਵੇਕਲੀ ਗੱਲ, ਕਿਉਂਕਿ ਜਸ਼ਨ ਦੀ ਰਾਤ ਵਾਲੇ ਦਿਨ ਹੀ ਅਸੀਂ ਸੁਰ ਸਿਰਤਾਜ ਸੀਜ਼ਨ 1 ਦਾ ਆਗਾਜ਼ ਕੀਤਾ ਸੀ। ਸੋ ਅੱਜ ਵੀ ਜਸ਼ਨ ਦੀ ਰਾਤ ਦੇ ਮੰਚ ਉੱਤੇ ਸੁਰ ਸਿਰਤਾਜ ਸੀਜ਼ਨ 2 ਦਾ ਆਗਾਜ਼ ਅਸੀਂ ਕਰਾਂਗੇ, ਉਹ ਵੀ ਹਰਭਜਨ ਮਾਨ ਜੀ ਇਸ ਸੁਰ ਸਿਰਤਾਜ ਸੀਜ਼ਨ 2 ਦਾ ਆਗਾਜ਼ ਕਰਨਗੇ। ਜ਼ੋਰਦਾਰ ਤਾੜੀਆਂ ਇੱਕ ਵਾਰ ਸੁਰ ਸਿਰਤਾਜ ਸੀਜ਼ਨ 2 ਦੇ ਲਈ। ਸੋ ਦੋਸਤੋ, ਵਾਕਈ ਅੱਜ ਦੀ ਸ਼ਾਮ ਜਿਹੜੀ ਹੈ ਉਹ ਜਸ਼ਨ ਦੀ ਰਾਤ ਹੈ, ਕਿਉਂਕਿ ਅੱਜ ਬਹੁਤ ਕੁਝ ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿੱਚ ਹੋਣ ਵਾਲਾ ਹੈ। ਸੋ ਜਸ਼ਨ ਦੀ ਰਾਤ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੀ ਹਾਂ। ਕਹਿੰਦੇ ਕਿ ਸੁਰਾਂ ਦਾ ਰੰਗ ਸੋਹਣਾ ਅਤੇ ਸੋਹਣੀ ਸੁਰਾਂ ਦੀ ਪਹਿਚਾਣ, ਹਰ ਸੁਰ ਵਿੱਚ ਪੈਗੰਬਰ ਵੱਸਦਾ, ਭਰੇ ਮੁਰਦੇ ਵਿੱਚ ਵੀ ਜਾਣ। ਸੋ ਲਓ ਜੀ, ਫਿਰ ਸੁਰਾਂ ਦੀ ਇੱਕ ਨਿਵੇਕਲੀ ਤੁਹਾਨੂੰ ਇਹੋ ਜਿਹੀ ਤਾਰੀ ਲਵਾਉਂਦੇ ਹਾਂ ਸੁਰਾਂ ਦੇ ਸਮੁੰਦਰਾਂ ਦੇ ਵਿੱਚ, ਤਾਂ ਕਿ ਤੁਸੀਂ ਆਪ ਹੀ ਕਹੋਗੇ ਕਿ ਵਾਕਈ ਹੀ ਡੀਡੀ ਪੰਜਾਬੀ ਵਨ ਆਫ ਦਾ ਬੈਸਟ ਚੈਨਲ ਇਨ ਵਰਲਡ। ਸੋ ਲਓ ਜੀ, ਹੁਣ ਤੁਹਾਡੇ ਸਾਹਮਣੇ ਗਰੁੱਪ ਸੌਂਗ ਪੇਸ਼ ਕਰ ਰਹੇ ਹਾਂ ਉਹਨਾਂ ਫਾਈਨਲਿਸਟਾਂ ਨਾਲ ਜਿਨ੍ਹਾਂ ਨੇ ਸੁਰ ਸਿਰਤਾਜ ਸੀਜ਼ਨ 1 ਦੇ ਵਿੱਚ ਬਾਜ਼ੀ ਮਾਰੀ ਹੈ। ਸੋ ਲਓ ਦੇਖਦੇ ਹਾਂ ਗਰੁੱਪ ਸੌਂਗ ਬਾਏ ਫਾਈਨਲਿਸਟ ਆਫ ਸੁਰ ਸਿਰਤਾਜ ਸੀਜ਼ਨ 1। ਅਸੀਂ ਰਾਹੀ ਨਵੀਆਂ ਰਾਹਾਂ ਦੇ ਸੁਪਨੇ ਹਾਂ ਪਾਕ ਨਿਗਾਹਾਂ ਦੇ, ਸਾਨੂੰ ਗੀਤ ਨਵੇਲਾ ਗਾਉਣ ਦਿਓ, ਕੋਈ ਨਵੀਆਂ ਪੈੜਾਂ ਸੁਪਨੇ ਹਾਂ।
ਨਸ਼ਿਆਂ ਦੀ ਨੇਰੀ ਤੋਂ ਇਸ ਬੋਲੀ ਰਾਤ ਹਨੇਰੀ ਤੋਂ ਇਹ ਕਾਲਾ ਸੂਰਜ ਬਦੀਆਂ ਦਾ ਕਾਲਾ ਸੂਰਜ ਬਦੀਆਂ ਦਾ ਨਾ ਖੋਲੇ ਵਿਰਸਾ ਸਦੀਆਂ ਸੰਗ ਤੁਰਦੀ ਹੈ ਸਾਹਾਂ ਦੇ ਅੰਗ ਸੰਗ ਤੁਰਦੀ ਹੈ ਸਾਹਾਂ ਦੇ ਫੁੱਲ ਗੂੜੇ ਸੁਰਖ ਗੁਲਾਬ ਦੇ ਹਾਂ ਅਸੀਂ ਰੋਮ ਰੋਮ ਸੰਗੀਤ ਬਣੇ ਰੋਮ ਰੋਮ ਸੰਗੀਤ ਬਣੇ ਛਾਨਣ ਚਮਕੀਲੇ ਗੀਤ ਬਣੇ ਕਦੇ ਵੈਣ ਬਣੇ ਦਰਿਆਵਾਂ ਦੇ ਕਦੇ ਵੈਣ ਬਣੇ ਦਰਿਆਵਾਂ ਦੇ ਆਸ਼ਕ ਦੀ ਜਾਤ ਇਸ਼ਕ ਹੈ ਆਸ਼ਕ ਦਾ ਧਰਮ ਇਸ਼ਕ ਹੈ ਆਸ਼ਕ ਦਾ ਰੱਬ ਇਸ਼ਕ ਹੈ ਆਸ਼ਕ ਦਾ ਕਰਮ ਇਸ਼ਕ ਹੈ ਜਿਵੇਂ ਤੁਸੀਂ ਡੀ ਡੀ ਪੰਜਾਬੀ ਦਾ ਇਸ਼ਕ ਕਰਦੇ ਹੋ ਜੀ ਹਾਂ ਦੋਸਤੋ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਜੋ ਡੀ ਡੀ ਪੰਜਾਬੀ ਨੂੰ ਅੱਜ ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖਦੇ ਹੋ ਇਹ ਪ੍ਰੋਗਰਾਮ ਜਿੱਥੇ ਡੀ ਡੀ ਪੰਜਾਬੀ ਤੋਂ ਲਾਈਵ ਚੱਲ ਰਿਹਾ ਹੈ ਨਾਲ ਨਾਲ ਡੀ ਡੀ ਭਾਰਤੀ ਤੋਂ ਵੀ ਇਸ ਨੂੰ ਦੇਖਿਆ ਜਾ ਸਕਦਾ ਉਹ ਵੀ ਲਾਈਵ ਚਲੋ ਦੋਸਤੋ
ਪ੍ਰੋਗਰਾਮ ਨੂੰ ਅੱਗੇ ਤੁਰਦੇ ਹਾਂ। ਸਭ ਤੋਂ ਪਹਿਲਾਂ ਨਿੱਘੀ ਜੀਆਂ ਆਖਦੇ ਹਾਂ। ਅਸੀਂ ਦੂਰਦਰਸ਼ਨ ਜਲੰਧਰ ਦੇ ਵਿਹੜੇ ਦੇ ਵਿੱਚ ਖਾਸ ਤੌਰ 'ਤੇ ਪਹੁੰਚੇ ਸਾਡੇ ਡਿਪਟੀ ਡਾਇਰੈਕਟਰ ਜਨਰਲ ਪ੍ਰੋਗਰਾਮਿੰਗ ਡਾਕਟਰ ਓਮ ਗੌਰੀਦੱਤ ਸ਼ਰਮਾ ਜੀ ਦਾ। ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ। ਅਤੇ ਨਾਲ ਹੀ ਨਾਲ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਸ਼੍ਰੀ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਲਈ ਖਾਸ ਸਮਾਂ ਕੱਢਿਆ। ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ। ਅਤੇ ਹੋਰ ਵੀ ਜਿੰਨੇ ਕਦਮ ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿੱਚ ਚੱਲ ਕੇ ਆਏ ਨੇ, ਉਹਨਾਂ ਸਾਰਿਆਂ ਦਾ ਨਿੱਘਾ ਸਵਾਗਤ, ਸਾਰਿਆਂ ਨੂੰ ਨਿੱਘੀ ਜੀਆਂ ਆਖਦੇ ਹਾਂ। ਸੋ ਦੋਸਤੋ, ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਨਿਵੇਕਲੇ ਅੰਦਾਜ਼ ਦੇ ਵਿੱਚ ਕਰਨ ਜਾ ਰਹੇ ਹਾਂ। ਵੈਸੇ ਤੁਸੀਂ ਦੇਖਿਆ ਹੋਏਗਾ ਕਿ ਗੀਤ ਸੰਗੀਤ ਦੇ ਨਾਲ ਹਰੇਕ ਪ੍ਰੋਗਰਾਮ ਦਾ ਆਗਾਜ਼ ਹੁੰਦਾ। ਵੈਸੇ ਗਰੁੱਪ ਸੌਂਗ ਤੁਸੀਂ ਉਹਨਾਂ 6 ਫਾਈਨਲਿਸਟਾਂ ਦਾ ਦੇਖ ਚੁੱਕੇ ਹੋ ਜਿਨ੍ਹਾਂ ਨੇ ਸੁਰ ਸਰਤਾਜ ਸੀਜ਼ਨ 1 ਦੇ ਵਿੱਚ ਬਾਜ਼ੀ ਮਾਰੀ ਹੈ। ਅਤੇ ਹੁਣ ਅਸੀਂ ਤੁਹਾਨੂੰ ਹਸਾਉਣ ਦੇ ਲਈ, ਹਾਸਿਆਂ ਦੀ ਪਟਾਰੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਜੀ ਹਾਂ, ਕਹਿੰਦੇ ਨੇ ਕਿ ਕੁੜੀਆਂ ਜੇ ਚਾਹੁਣ ਤਾਂ ਬਹੁਤ ਕੁਝ ਕਰ ਸਕਦੀਆਂ ਨੇ। ਕਹਿੰਦੇ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ, ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ, ਨੰਬਰ ਲੈ ਕੇ ਸਕੂਲਾਂ ਕਾਲਜਾਂ 'ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ, ਘੱਟ ਨੇ ਕਿਸੇ ਗੱਲ ਤੋਂ ਮੁੰਡਿਆਂ ਤੋਂ, ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ, ਮੱਖਣ ਬਰਾੜਾ ਵੇ ਇਹੋ ਜਿਹੇ ਝੂਠੇ ਆਸ਼ਕਾਂ ਨੂੰ, ਸਦਾ ਉਂਗਲਾਂ ਉੱਤੇ ਨਚਾਉਣ ਕੁੜੀਆਂ। ਪਰ ਹੁਣ ਜਿਸ ਕੁੜੀ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ, ਉਸ ਕੁੜੀ ਨੇ ਪੂਰੀ ਦੁਨੀਆ ਨੂੰ ਆਪਣੇ ਉਂਗਲਾਂ 'ਤੇ ਨਚਾਇਆ, ਯਾਨੀ ਕਿ ਆਪਣੇ ਹਾਸਿਆਂ ਦੇ ਨਾਲ ਸਾਰਿਆਂ ਦੇ ਢਿੱਡੀ ਪੀੜਾਂ ਪਾਈਆਂ ਨੇ। ਜੀ ਹਾਂ, ਉਹ ਫਨਕਾਰਾ ਜਿਨ੍ਹਾਂ ਨੇ ਲੈਫਟ ਚੈਲੇਂਜ ਦੇ ਵਿੱਚ ਉਹ ਬਾਜ਼ੀ ਮਾਰੀ, ਯਾਨੀ ਕਿ ਲੈਫਟ ਕੀਨ ਅਸੀਂ ਕਹਿ ਸਕਦੇ ਹਾਂ, ਅੰਮ੍ਰਿਤਸਰ ਦੀ ਰਾਜਵੀਰ, ਜ਼ੋਰਦਾਰ ਤਾੜੀਆਂ ਦੇ ਨਾਲ ਹਾਸਿਆਂ ਦੀ ਪਟਾਰੀ। ਵੇੜਾ ਨੀ ਵੇੜਾ ਭਰਿਆ ਸ਼ਗਨਾਂ ਦਾ, ਵੇੜਾ ਨੀ ਵੇੜਾ ਭਰਿਆ ਜਸ਼ਨਾਂ ਦਾ, ਵੇੜਾ ਨੀ ਵੇੜਾ ਭਰਿਆ ਸ਼ਗਨਾਂ ਦਾ, ਵੇੜਾ ਨੀ ਵੇੜਾ ਭਰਿਆ ਜਸ਼ਨਾਂ ਦਾ, ਵੇੜਾ ਨੀ। ਕਿਆ ਬਾਤ ਹੈ, ਸਾਰੇ ਜਣੇ ਜਸ਼ਨ ਮਨਾਉਣ ਆਏ ਜੇ? ਵੀ ਜਵਾਬ ਦਿਓ, ਜਸ਼ਨ ਮਨਾਉਣ ਆਏ ਜੇ? ਤੇ ਕਿਉਂ ਪਹਿਲੋਂ ਇਹ ਰੁੱਸਿਆ ਹੈ? ਕਿਆ ਬਾਤ ਹੈ, ਬੜੇ ਖੂਬਸੂਰਤ ਜਿਹੜੇ ਲੱਗਣੇ। ਕਿਆ ਗੌਰੀ ਸਾਹਿਬ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਸ਼ਨ ਪ੍ਰੋਗਰਾਮ ਦੀਆਂ। ਕਿਆ ਬਾਤ ਹੈ, ਬੜੇ ਸੋਹਣੇ ਲੱਗਣ ਡੇ, ਬੜੇ ਹਸੀਨ ਚਿਹਰੇ ਨੇ। ਇੱਧਰ ਵੇਖੋ, ਇੱਧਰ ਆ ਕਾਕਾ, ਇੱਧਰ ਮੈਂ ਗੱਲ ਸੁਣ, ਇੱਧਰ ਆ, ਇੱਧਰ ਵੇ, ਇੱਧਰ ਦਿਆ। ਕਿਆ ਬਾਤ ਹੈ, ਵੇਖੋ ਜੀ। ਅੱਛਾ, ਸਲਮਾਨ ਖਾਨ ਸਮਝਦੇ ਆ ਆਪਣੇ ਆਪ ਨੂੰ। ਇੱਧਰ ਵੇ, ਅੱਧੀ ਰਾਤ ਤੂੰ ਐਂਡ ਕਰ ਲਾਈਆਂ। ਆ ਸੰਗਲ ਵੇਖੋ ਇਹਨੇ ਪਾਇਆ, ਇਹ ਤੂੰ ਆਵਾਰਾ ਹੈ ਕਿ ਪਾਲਤੂ ਆ? ਅੱਛਾ, ਪੈਂਟ ਵੇਖੋ ਮੁੰਡੇ, ਫੈਸ਼ਨ ਵੇਖੋ, ਤੇ ਫੈਸ਼ਨ ਅੱਜ ਕੱਲ੍ਹ ਦੁਨੀਆ ਫੈਸ਼ਨ ਵੇਖੋ ਕਿੱਦਾਂ ਦੇ ਕਰਦੀ। ਫੈਸ਼ਨ ਵੇਖੋ, ਪਸਲੀਆਂ ਤੋਂ ਆਵੇ ਪੈਂਟ ਵੇ ਥੱਲੇ ਜਾਣ ਦੀ, ਪਸਲੀਆਂ ਵੀ ਕਹਿਣ ਡੀਆਂ ਭਰਾਵਾ ਤੈਨੂੰ ਤੇ ਸ਼ਰਮ ਨਹੀਂ ਹੈਗੀ, ਮੈਨੂੰ ਤੇ ਹੈਗੀ, ਮੈਨੂੰ ਤਾਂ ਢੱਕ ਲਾ ਜ਼ੋਰ ਕੀ ਸਲਮਾਨ ਖਾਨ। ਅੱਛਾ, ਮੇਰੀ ਗੱਲ ਸੁਣ, ਇੱਥੇ ਕੀ ਲੈਣ ਆਇਆ ਜੀ? ਵੇਖਣ ਆਇਆ ਹੀ, ਮਨਾਉਣ ਆਇਆ। ਕਿਹਨੂੰ ਵੇਖਣ ਆਇਆ ਜੀ? ਪ੍ਰੋਗਰਾਮ ਮਨਾਉਣ ਆਇਆ ਜੀ। ਪ੍ਰੋਗਰਾਮ ਮਨਾਉਣ, ਮਤਲਬ ਜਸ਼ਨ ਮਨਾਉਣ ਆਇਆ? ਅੱਛਾ, ਜ਼ਰੂਰ ਦੂਰਦਰਸ਼ਨ ਦੇਖਣ ਆਇਆ। ਦੂਰਦਰਸ਼ਨ ਕੀ ਵੇਹਣਾ ਤੂੰ ਦੂਰਦਰਸ਼ਨ ਦਾ, ਮੈਨੂੰ ਦੱਸ ਯਾਰ, ਐਨਕਾਂ ਲਾ ਪਹਿਲੋਂ, ਕੀ ਵੇਹਣਾ ਤੂੰ ਦੱਸ ਮੈਨੂੰ, ਕੀ ਵੇਹਣਾ ਦੂਰਦਰਸ਼ਨ ਦਾ? ਹੁਣ ਤਾਂ ਵੇਖਣ ਨਹੀਂ ਦਿਆ ਜੀ। ਅੱਛਾ, ਖਬਰਾਂ ਸੁਣ ਲੈਂਦਾ ਨਾ? ਕਿਹੜੀਆਂ ਸੁਣਦਾ? 7:30 ਵਾਲੇ ਦੀ। ਤੇ ਪਿਓ ਦੀ ਸੁਣੀ ਹੂੰ ਕਦੀ? ਪੰਜਾਬ 'ਚ ਦੱਸ ਕਿੰਨੇ ਨਾਲੇ ਹੈਗੇ? ਕਾਫੀ ਆਈ। ਅੱਛਾ, ਦਰਿਆ ਕਿੰਨੇ ਪੰਜਾਬ 'ਚ? ਉਹ ਵੀ ਕਾਫੀ ਆਈ। ਅੱਛਾ, ਤੇ ਨਦੀਆਂ ਕਿੰਨੀਆਂ? ਕਾਫੀ ਆਈ ਉਹ ਵੀ। ਜਾ ਫਿਰ ਨਾ ਕੇ ਆ, ਭੱਜ ਆ ਇੱਥੋਂ। ਜ਼ੋਰਦਾਰ ਤਾੜੀਆਂ, ਜਿਹਦਾ ਰਹਿ ਲੰਮੀਆਂ ਉਮਰਾਂ, ਖੁਸ਼ ਰਹੋ। ਲਓ ਜੀ, ਜਲੰਧਰ ਦੂਰਦਰਸ਼ਨ ਵਾਲਿਆਂ ਦੀ ਅੱਜ ਸਾਲਗਿਰਾ ਜੇ। ਜਲੰਧਰ ਦੂਰਦਰਸ਼ਨ ਅੱਜ ਦੇ ਦਿਨ ਹੋਂਦ 'ਚ ਆਇਆ ਸੀ, ਪਿੱਛੇ ਜੇ ਮੇਰੀ ਵੀ ਸਾਲਗਿਰਾ। ਵੈਸੇ ਮੈਨੂੰ ਗੌਰੀ ਸਾਹਿਬ ਕਹਿੰਦੇ, ਰਾਜਵੀਰ ਸਾਡਾ ਜਸ਼ਨ ਪ੍ਰੋਗਰਾਮ ਹੋ ਰਿਹਾ, ਸਾਲਗਿਰਾ ਸੀ ਸਾਡੇ ਜਲੰਧਰ ਦੂਰਦਰਸ਼ਨ ਦੀ, ਤਾਂ ਮੈਨੂੰ ਦੱਸ ਪੇਮੈਂਟ ਕਿੰਨੀ ਲਏਗੀ? ਮੈਂ ਕਿਹਾ ਤੁਸੀਂ ਪੇਮੈਂਟ ਛੱਡੋ, ਮੈਨੂੰ ਇੱਕ ਬੋਰੀ ਜਿਹੜੀ ਆ ਨਾ ਗੰਢਿਆਂ ਦੀ ਦੇ ਦਿਓ। ਸਾਰੇ ਬੜੇ ਸੋਹਣੇ ਲੱਗ, ਮੈਡਮ ਬੜੇ ਖੁਸ਼ ਲੱਗਣੇ, ਤੁਹਾਡੀ ਗੰਢਿਆਂ ਦੀ ਲਾਟਰੀ ਲੱਗ ਗਈ। ਵੈਸੇ ਗੌਰੀ ਸਾਹਿਬ, ਗੱਲ ਹੈਗੀ ਜੀ, ਤੁਹਾਡੀ ਕੁਰਸੀ ਦੇ ਥੱਲੇ ਮੈਂ 10 ਕਿਲੋ ਗੰਢੇ ਰੱਖੇ ਜੀ, ਸਾਂਭ ਕੇ ਰੱਖਿਓ ਜੀ, ਕਿਉਂਕਿ ਅੱਜ ਕੱਲ੍ਹ ਤਾਂ ਮਾਰ ਪਈ ਹੈ ਸਾਰੇ ਬੰਨੇ। ਜ਼ੋਰਦਾਰ ਤਾੜੀਆਂ ਸਾਡੀ ਇਸ ਮਹਿੰਗਾਈ ਦੇ ਵਾਸਤੇ। ਅੱਛਾ ਵੇ, ਕਈ ਵਾਰ ਮੈਂ ਵੇਖੇ ਕਈਆਂ ਨੂੰ ਗੱਲ ਕਰਨ ਦਾ ਨਹੀਂ ਪਤਾ ਹੁੰਦਾ, ਮੈਂ ਤਾਂ ਕਮੇਡੀ ਨਹੀਂ ਹੈਗੀ ਕਿ ਮੇਰਾ ਘਰਵਾਲਾ ਵੀ ਕਮੇਡੀ ਕਰਨ ਲੱਗ ਗਿਆ। ਪਿੱਛੇ ਜੇ ਅਸੀਂ ਇੱਕ ਬੇਕਰੀ ਦੀ ਦੁਕਾਨ ਖੋਲ੍ਹੀ, ਪਹਿਲਾਂ ਹੀ ਗਾਹਕ ਸਾਡੇ ਦੁਕਾਨ 'ਤੇ ਆਇਆ, ਕਹਿੰਦਾ ਸਰ ਕੁੱਤਿਆਂ ਨੂੰ ਪਾਉਣ ਵਾਲੇ 2 ਬੰਦ ਦੇ ਦਿਓ। ਮੇਰਾ ਘਰਵਾਲਾ ਤਾਂ ਕਹਿੰਦਾ, ਭਾਅ ਜੀ ਇੱਥੇ ਬਹਿ ਕੇ ਖਾਣੇ ਜੇ ਕਿ ਘਰ ਲੈ ਕੇ ਜਾਣੇ ਜੀ? ਲੈ ਦੱਸੋ, ਕਮੇਡੀ ਕਰਨੀ ਬੜੀ ਸੌਖੀ ਹੈ,
ਕਮੇਡੀ ਜਿਹੜੀ ਆ, ਹਰ ਬੰਦਾ ਜਿਹੜਾ ਆਮ ਤਾਂ ਕਮੇਡੀਅਨ ਹੀ ਹੈਗਾ, ਬਸ ਉਹਨੂੰ ਸਾਡੇ ਵਾਂਗੂ ਪਲੇਟਫਾਰਮ ਮਿਲਦਾ। ਸਰ ਮੈਂ ਬਾਹਰ ਇੱਕ ਸਟੂਡੀਓ ਦੇ ਬਾਹਰ ਖਲੋਤੀ, ਇੱਕ ਬੰਦਾ ਆਇਆ ਮੈਨੂੰ ਕਹਿੰਦਾ ਹੈਲੋ 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 ਸਟਾਰਵਨ ਭੈਣ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਹੀ ਪ੍ਰੋਗਰਾਮ ਦੇਖਿਆ ਰਾਜਵੀਰ ਚੈਨਲ 'ਤੇ, ਤੁਸੀਂ ਖਬਰਾਂ ਬੜੀਆਂ ਕਮਾਲ ਦੀਆਂ ਪੜ੍ਹਦੇ ਜੀ। ਮੈਂ ਕਿਹਾ ਭਰਾਵਾ ਮੈਂ ਤਾਂ ਖਬਰਾਂ ਪੜ੍ਹਦੀ ਨਹੀਂ, ਮੈਂ ਤਾਂ ਲਾਫਟਰ ਚੈਲੰਜ ਵਾਲੀ ਰਾਜਵੀਰ ਕੌਰ ਹਾਂ, ਜਿਹੜੀ ਮੈਂ ਸਟਾਰਵਨ ਚੈਨਲ 'ਤੇ ਸਿੱਧੂ ਦਾ ਪ੍ਰੋਗਰਾਮ ਕਰਦੀ ਸਾਂ। ਕਹਿੰਦਾ ਅੱਛਾ ਅੱਛਾ ਅੱਛਾ, ਓਏ ਹੋਏ ਹੋਏ ਸਿੱਧੂ ਕਿਆ ਬਾਤ ਹੈ, ਕਿਆ ਹਸਾਉਂਦਾ, ਕਿਆ ਵਧੀਆ ਪਰਫੋਰਮੈਂਸ ਉਹਦੀ। ਮੈਂ ਕਿਹਾ ਸਿੱਧੂ ਤਾਂ ਪਰਫੋਰਮੈਂਸ ਦਿੰਦਾ ਹੀ ਨਹੀਂ, ਉਹ ਤਾਂ ਮਤਲਬ ਜੱਜ ਹੈਗਾ। ਕਹਿੰਦਾ ਮੈਡਮ ਤੁਹਾਨੂੰ ਨਹੀਂ ਪਤਾ, ਜਿਹੜਾ ਉਹ ਕੁੜੀ ਨੂੰ ਹੱਥ ਲਾਉਂਦਾ ਉਹ ਪਰਫੋਰਮੈਂਸ ਬੜੀ ਵਧੀਆ ਹੁੰਦੀ ਜੀ ਉਹਦੀ। ਉਹ ਮੈਂ ਕਿਹਾ ਤੁਸੀਂ ਮੈਨੂੰ ਵੇਖਿਆ ਕਿਤੇ ਲਾਫਟਰ ਚੈਲੰਜ? ਕਹਿੰਦਾ ਮੈਡਮ ਤੁਸੀਂ ਲਾਫਟਰ ਚੈਲੰਜ ਆਉਂਦੇ ਜੇ, ਵੈਸੇ ਟਰਾਈ ਕਰੋ, ਤੁਹਾਡਾ ਚਿਹਰਾ ਹੈਗਾ ਜੇ ਟੀ ਵੀ 'ਚ ਆਉਣ ਵਾਲਾ। ਲੋਕ ਗੱਲਾਂ ਵੇਖੋ ਕਿੱਦਾਂ ਦੇ ਕਰਦੀ। ਅੱਛਾ ਮੈਂ ਬਾਹਰ ਖਲੋਤੀ, ਇੱਕ ਬੰਦਾ ਮੈਨੂੰ ਕਹਿੰਦਾ ਰਾਜਵੀਰ ਬੜੀ ਗਰਮੀ ਆ, ਬੰਦੇ ਨੂੰ ਰੋਜ਼ ਨਹਾਉਣਾ ਚਾਹੀਦਾ। ਮੈਂ ਕਿਹਾ ਆਹ ਵਧੀਆ ਗੱਲ ਹੈਗੀ, ਬੰਦਾ ਫਰੈਸ਼ ਰਹਿੰਦਾ। ਕਹਿੰਦਾ ਰਾਜਵੀਰ ਤੂੰ ਨਹਾਉਂਦੀ ਆ? ਮੈਂ ਕਿਹਾ ਹਾਂਜੀ ਮੈਂ ਤਾਂ ਨਹਾਉਣੀ। ਕਹਿੰਦਾ ਅੱਛਾ ਵੇਖਿਆ ਤਾਂ ਕਦੇ ਨਹੀਂ। ਉਹਦੀ ਆਪਣੀ ਘਰ ਦੀ ਦਿਨ 'ਚ 4 ਵਾਰ ਨਹਾਉਂਦੀ, ਪੁੱਛ ਲਓ ਭਾਵੇਂ ਮੇਰੇ ਘਰ ਵਾਲੇ ਨੂੰ। ਸੋ ਤੁਹਾਨੂੰ ਸਾਰਿਆਂ ਨੂੰ ਜਸ਼ਨ ਪ੍ਰੋਗਰਾਮ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਜਾਂਦੀ ਵਾਰ ਇੱਕ ਗੱਲ ਮੈਂ ਜ਼ਰੂਰ ਕਹਿੰਦੀ ਹਾਂ, ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚ ਮੁੰਡਿਆ। ਥੈਂਕ ਯੂ ਸੋ ਮਚ, ਬਹੁਤ ਬਹੁਤ ਵਧਾਈ ਹੋਵੇ। ਕਲਾ 'ਚ ਵਸਦਾ ਆਪ ਰੱਬ ਹੈ, ਕਲਾਕਾਰ ਦਾ ਆਪਣਾ ਜੱਗ ਹੈ। ਜਿਵੇਂ ਰੱਬ ਕਦੇ ਹਰ ਨਹੀਂ ਸਕਦਾ, ਇਸੇ ਤਰ੍ਹਾਂ ਕਲਾਕਾਰ ਵੀ ਕਦੇ ਮਰ ਨਹੀਂ ਸਕਦਾ। ਸੋ ਇਹ ਸੀ ਰਾਜਵੀਰ ਦੀ ਉਹ ਪਰਫੋਰਮੈਂਸ, ਜਿਹਨੂੰ ਵੇਖਣ ਦੇ ਲਈ ਅਸੀਂ ਆਪਣੀ ਟੀ ਵੀ ਦੇ ਅੱਗੇ ਅੱਖਾਂ ਟੱਡ ਕੇ ਬਹਿੰਦੇ ਸੀ ਕਿ ਵਾਕਈ ਸਾਡੇ ਪੰਜਾਬ ਦੀ ਉਹ ਕੁੜੀ ਜਿਹਨੇ ਪੰਜਾਬ ਦਾ ਨਾਂ ਜਿਹੜਾ ਆ ਹੋਰ ਉੱਚਾ ਚੁੱਕਿਆ। ਕਿਉਂਕਿ ਕਾਮੇਡੀ ਦੇ ਵਿੱਚ ਕੁੜੀਆਂ ਦਾ ਆਉਣਾ ਬਹੁਤ ਹੀ ਮੁਸ਼ਕਿਲ ਹੁੰਦਾ, ਪਰ ਰਾਜਵੀਰ ਨੇ ਜਿੰਨੇ ਖੁੱਲ੍ਹ ਦਿਲੀ ਦੇ ਨਾਲ ਕਾਮੇਡੀ ਕੀਤੀ ਹੈ, ਮੇਰੇ ਖਿਆਲ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਇਹੋ ਜਿਹਾ ਹੀ ਹੋਣਾ ਚਾਹੀਦਾ। ਇੱਕ ਵਾਰ ਜ਼ੋਰਦਾਰ ਤਾੜੀਆਂ ਫਿਰ ਤੋਂ ਰਾਜਵੀਰ ਦੇ ਲਈ। ਸੋ ਦੋਸਤੋ, DD ਪੰਜਾਬੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਚੈਨਲ ਨੂੰ ਦੇਖਿਆ ਜਾਂਦਾ ਹੈ। ਪੰਜਾਬ ਦੇ ਵਿੱਚ ਤਾਂ ਕੀ ਰੀਸ ਹੈ ਇਸ ਚੈਨਲ ਦੀ, ਕਿਉਂਕਿ ਪੰਜਾਬ ਦਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿੱਥੇ DD ਪੰਜਾਬੀ ਲੋਕ ਨਾ ਵੇਖਦੇ ਹੋਣ। ਜੀ ਹਾਂ, ਕਿਉਂਕਿ ਅਸੀਂ ਪੰਜਾਬੀ ਹਾਂ, ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨਾ ਸਾਡਾ ਫਰਜ਼ ਹੈ, ਪੰਜਾਬੀਅਤ ਦੇ ਨਾਲ ਜੁੜੇ ਹੋਏ ਹਾਂ। ਕਿਉਂਕਿ ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਰਹਿੰਦੀਆਂ ਨੇ, ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਰਹਿੰਦੀਆਂ ਨੇ, ਅਤੇ ਆਪਣੀ ਕੌਮ ਦੇ ਨਾਲ ਇਹੋ ਜਿਹਾ ਰਿਸ਼ਤਾ ਨਿਭਾਉਂਦੀਆਂ ਨੇ ਕਿ ਵਾਕਈ ਸਾਡੇ 'ਤੇ ਫਕਰ ਹੋਵੇ ਜਿਸ ਧਰਤੀ 'ਤੇ ਅਸੀਂ ਪੈਦਾ ਹੋਏ ਹਾਂ, ਕਿ ਵਾਕਈ ਅਸੀਂ ਆਪਣੀ ਮਾਂ ਦਾ ਜਿਹੜਾ ਫਰਜ਼ ਨਿਭਾਇਆ। ਸਲੋ, ਹੁਣ ਤੁਹਾਨੂੰ ਗੀਤ ਸੰਗੀਤ ਦੀ ਅਨੋਖੀ ਦੁਨੀਆ ਦੇ ਵਿੱਚ ਲੈ ਕੇ ਜਾਂਦੇ ਹਾਂ। ਵੈਸੇ ਭੰਗੜਾ ਪਾਉਣਾ ਤੁਸੀਂ? ਦੱਸੋ ਜੀ, ਨੱਚਣਾ? ਕਹਿੰਦੇ ਨੱਚ ਨੱਚ ਕੇ ਧਮਾਲਾਂ ਪਾਵਾਂਗੇ, ਆਪ ਨੱਚਾਂਗੇ ਅਤੇ ਤੁਹਾਨੂੰ ਵੀ ਨਚਾਵਾਂਗੇ। ਇਹੋ ਵਾਅਦਾ ਜਸ਼ਨ ਦੀ ਰਾਤ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਕਰਦੀ ਹਾਂ। ਮੈਂ ਵਾਅਦਾ ਕਰਦੀ ਹਾਂ ਹਰ ਉਸ ਇਨਸਾਨ ਦੇ ਨਾਲ ਜੋ ਪ੍ਰੋਗਰਾਮ ਜਸ਼ਨ ਦੀ ਰਾਤ ਵੇਖ ਰਿਹਾ, ਕਿ ਕੋਈ ਪੈਰ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਅੱਜ ਇਸ ਪ੍ਰੋਗਰਾਮ ਨੂੰ ਵੇਖ ਕੇ ਨੱਚੇਗਾ ਨਹੀਂ, ਕਿਉਂਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ ਨਹੀਂ। ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੋਂ, ਪਰ ਬੋਲੀਆਂ ਅੱਜ ਮੈਂ ਨਹੀਂ ਪਾਉਣੀਆਂ, ਕਿਉਂਕਿ ਬੋਲੀਆਂ ਪਾਉਣ ਦੇ ਲਈ ਅੱਜ ਅਸੀਂ ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿੱਚ ਉਹਨਾਂ ਫਨਕਾਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਸੁਰ ਸਰਤਾਜ Season 1 ਦੇ ਵਿੱਚ ਬਾਜ਼ੀ ਮਾਰੀ ਹੈ। ਜੀ ਹਾਂ, ਉਹਨਾਂ ਫਾਈਨਲਿਸਟਾਂ ਨੂੰ ਅੱਜ ਅਸੀਂ ਇਸ ਮੰਚ ਦੇ ਉੱਤੇ ਤੁਹਾਡੇ ਰੂਬਰੂ ਕਰਾਂਗੇ, ਜਿਨ੍ਹਾਂ ਨੇ ਤੁਹਾਡੇ ਦਿਲਾਂ ਦੇ ਵਿੱਚ ਇੱਕ ਖਾਸ ਥਾਂ ਬਣਾਈ ਹੈ। ਕਹਿੰਦੇ ਨਹੀਂ ਉਹ ਦੇਸੀ ਜਿਹਾ ਲੱਗੇ, ਨਾਲੇ ਲੱਗਦਾ ਸ਼ੌਕੀਨ, ਮੁੰਡਾ ਤਿੱਲੇ ਵਾਲੀ ਜੁੱਤੀ ਨਾਲ ਪਾਈ ਫਿਰੇ ਜੀਨ, ਮੁੰਡਾ ਸੋਹਣਾ ਨਹੀਂ ਸ਼ੌਕੀਨ। ਸਾਰੇ ਸ਼ੌਕੀਨ ਹੋ, ਤਾੜੀਆਂ ਲਾ ਦਿਓ ਆਪਣੇ ਆਪਣੇ ਨਾਂ 'ਤੇ ਫਿਰ। ਜੀ ਹਾਂ, ਹੁਣ ਉਹ ਸ਼ੌਕੀਨ ਮੁੰਡੇ ਨੂੰ ਤੁਹਾਡੇ ਰੂਬਰੂ ਕਰ ਰਹੀ ਹਾਂ, ਜਿਹਨੇ ਸੁਰ ਸਰਤਾਜ Season 1 ਦਾ ਤਾਜ ਜਿਹੜਾ ਆਪਣੇ ਸਿਰ 'ਤੇ ਪਹਿਨਿਆ ਸੀ। ਸੋ ਜ਼ੋਰਦਾਰ ਤਾੜੀਆਂ ਦੇ ਨਾਲ ਅੰਕੁਸ਼ ਸ਼ਰਮਾ। ਸਭ ਤੋਂ ਪਹਿਲਾਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿਹੜੇ ਪਹੁੰਚੀ ਸਾਰੀ ਆਡੀਅੰਸ ਨੂੰ ਮੇਰੇ ਵੱਲੋਂ ਸਲਾਮ ਹੈ ਜੀ, ਅਤੇ ਮੈਂ ਸਪੈਸ਼ਲ ਥੈਂਕਫੁੱਲ ਹਾਂ ਸਾਡੇ ਡਾਇਰੈਕਟਰ ਸਰ ਗੌਰੀ ਸਰ ਦਾ, ਅਤੇ ਮੈਮ ਮੋਨਿਕਾ ਸ਼ਰਮਾ ਜੀ, ਜਿਨ੍ਹਾਂ ਦਾ ਹਮੇਸ਼ਾ ਬਹੁਤ ਜ਼ਿਆਦਾ ਆਸ਼ੀਰਵਾਦ ਰਿਹਾ ਸਾਡੇ ਸਾਰਿਆਂ ਦੇ ਸਿਰ 'ਤੇ, ਅਤੇ ਅੱਜ ਬੜਾ ਅੱਛਾ ਲੱਗ ਰਿਹਾ, ਅੱਜ ਜਸ਼ਨ ਦੀ ਰਾਤ ਪ੍ਰੋਗਰਾਮ ਵਿੱਚ ਵੀ ਸਾਨੂੰ ਇਨਵਾਈਟ ਕੀਤਾ ਗਿਆ, ਇਹ ਸਾਡਾ ਘਰ ਆ, ਅਸੀਂ ਆਉਂਦੇ ਹਾਂ ਇੱਥੇ, ਅਤੇ ਬਹੁਤ ਅੱਛਾ ਲੱਗ ਰਿਹਾ। ਅੱਜ ਤੁਹਾਡੇ ਸਾਹਮਣੇ 2 ਨਿਊ ਸੌਂਗਸ ਮੈਂ ਪੇਸ਼ ਕਰੂੰਗਾ। ਪਹਿਲਾ ਸੌਂਗ ਆ ਜੀ ਅਸੀਂ ਆਸ਼ਿਕ ਆਮ ਜਹੇ, ਜੋ ਕਿ ਟੋਨੀ ਅਲੀਪੁਰੀਆ ਜੀ ਨੇ ਪਟਿਆਲੇ ਦੇ ਮੇਰੇ ਮਿੱਤਰ ਨੇ ਉਹਨਾਂ ਨੇ ਲਿਖਿਆ, ਬਹੁਤ ਅੱਛਾ ਸੌਂਗ ਲਿਖਿਆ। ਅਤੇ ਜਿਹੜਾ ਸੈਕਿੰਡ ਸੌਂਗ ਪੇਸ਼ ਕਰੂੰਗਾ ਮੈਂ ਤੁਹਾਡੇ ਸਾਹਮਣੇ, ਉਹ ਨੱਚਦੀ ਰਹੀ ਸੋਨੀ
ਪਿੰਡ ਬੇਰਕਲਾਂ ਤੋਂ ਉਹ ਵੀ ਅੱਜ ਇੱਥੇ ਮੌਜੂਦ ਨੇ ਪਹੁੰਚੇ ਹੋਏ ਨੇ ਅਤੇ ਬੜਾ ਅੱਛਾ ਇਹਨਾਂ ਦਾ ਵੀ ਇੱਕ ਵਾਰ ਜ਼ੋਰਦਾਰ ਇਹਨਾਂ ਦੇ ਨਾਂ 'ਤੇ ਤਾੜੀਆਂ ਮਾਰੋ ਜੀ ਕਿਉਂਕਿ ਲਿਖਣ ਵਾਲੇ ਦਾ ਬਹੁਤ ਯੋਗਦਾਨ ਹੁੰਦਾ ਅਤੇ ਇਹਨਾਂ ਦਾ ਸੰਗੀਤ ਮੇਰੇ ਦੋਨੇ ਸੌਂਗਸ ਦਾ ਕੀਤਾ ਵਾ JK ਸਟੂਡੀਓ ਚੰਗਾ ਕਹਿਣ ਜੀ ਨੇ ਕੈਂਥ ਬ੍ਰਦਰਸ ਬਹੁਤ ਅੱਛਾ ਮਿਊਜ਼ਿਕ ਪੇਸ਼ ਕੀਤਾ ਉਹਨਾਂ ਨੇ ਵੀ ਅਤੇ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਊਗਾ ਜੀ ਹਾਂਜੀ ਪਹਿਲਾ ਸੌਂਗ ਪੇਸ਼ ਕਰ ਰਹੇ ਹਾਂ ਅਸੀਂ ਆਸ਼ਿਕ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਜੇ ਅੜ ਜਾਈਏ ਜਿੱਥੇ ਖੜ ਜਾਈਏ ਪਾ ਦਈਏ ਕੀਮਤ ਕੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਜੇ ਨਾਲ ਸੱਜਣੀ ਅਸੀਂ ਰੁੱਸ ਜਾਈਏ ਉਹਨੂੰ ਬੁੱਲੇ ਵਾਂਗ ਨਚਾ ਦਈਏ ਸਾਡੇ ਪਿਆਰ ਚ ਇੰਨੀ ਤਾਕਤ ਹੈ ਪੱਥਰਾਂ ਨੂੰ ਮੋਮ ਬਣਾ ਦਈਏ ਜੇ ਨਾਲ ਸੱਜਣੀ ਅਸੀਂ ਰੁੱਸ ਜਾਈਏ ਉਹਨੂੰ ਬੁੱਲੇ ਵਾਂਗ ਨਚਾ ਦਈਏ ਦਿਲ ਜਾਣਦਾ ਏ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਜੱਗ ਦੀਆਂ ਰੀਤ ਰਿਵਾਜ਼ਾਂ ਨੂੰ ਜੁੱਤੀ ਵੀ ਮੂੰਹ ਨਾ ਲਾਉਂਦੀ ਏ ਸਾਡੀ ਪਾਕ ਮੁਹੱਬਤ ਵਿੱਚ ਲੋਕੋ ਕਦੇ ਜ਼ਾਤ ਪਾਤ ਨਾ ਆਉਂਦੀ ਏ ਇਸ ਜੱਗ ਦੀਆਂ ਰੀਤ ਰਿਵਾਜ਼ਾਂ ਨੂੰ ਜੁੱਤੀ ਵੀ ਮੂੰਹ ਨਾ ਲਾਉਂਦੀ ਏ ਰੱਜ ਪਿਆਰ ਦੀ ਏ ਜਿੰਦਵਾਰ ਦੀ ਏ ਰੱਜ ਪਿਆਰ ਦੀ ਏ ਜਿੰਦਵਾਰ ਦੀ ਏ ਜੇ ਚੂਰੀ ਮਿਲ ਜੇ ਹੀਰ ਦੇ ਹੱਥਾਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕੀ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਅਸੀਂ ਜਿਸ ਨਾਲ ਦਿਲ ਨੂੰ ਵਟਾਉਂਦੇ ਆ ਉਹਨੂੰ ਆਪਣਾ ਰੱਬ ਬਣਾਉਂਦੇ ਆ ਅਸੀਂ ਟੋਨੀ ਅਲੀਪੁਰ ਵਾਲਿਆ ਹੋਏ ਉਹਨੂੰ ਰਗ ਰਗ ਤੀਕ ਵਸਾਉਂਦੇ ਆ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ ਦੀ ਅਸੀਂ ਆਸ਼ਿਕ ਆਮ ਜਹੇ ਪਰ ਸਾਡੀ ਆਸ਼ਿਕੀ ਲੱਖਾਂ
थैंक यू सो मच जी। तो हूँ जोड़ा दूजा गीत है थोड़े सामने नचती रही जो कि सोनी जी का लिखा हुआ बहुत अच्छा कंपोज किया जे के स्टूडियो। हाँ जी ਨੱਚਦੀ ਰਹੀ ਮੈਂ ਉਹ ਨੱਚ